ਜਦੋਂ ਵੀ ਹਸ਼ਰ ਦੇ ਸਵਾਲ ਹੋਣਗੇ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਸਾਰੇ ਬੋਲੋ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਔਰ ਉਸ ਪਾਸੇ ਰਹਿਮਤ ਰਸੂਲ ਹੋਵੇਗੀ ਉਸ ਪਾਸੇ ਰਹਿਮਤ ਰਸੂਲ ਹੋਵੇਗੀ ਉਹ ਜਿਹੜੇ ਪਾਸੇ ਫਾਤਿਮਾ ਦੇ ਲਾਲ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣਗੇ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣਗੇ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਔਰ ਜਿਹੜੇ ਪੜਦੇ ਸਦਾ ਦਰੂਦ ਆਪ ਤੇ ਉਹ ਜੰਨਤਾਂ ਚ ਮੁਸਤਫਾ ਦੇ ਨਾਲ ਹੋਣਗੇ ਜੰਨਤਾਂ ਚ ਮੁਸਤਫਾ ਦੇ ਨਾਲ ਹੋਣਗੇ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਹਮੀ ਸਾਡੇ ਆਮਨਾ ਦੇ ਲਾਲ ਹੋਣਗੇ ਅਸਾਂ ਸਾਰੇ ਹੈਦਰੀਆ ਅਸਾਂ ਹੈਦਰੀ ਲੈਣਾ ਏ ਦਮ ਦਮ ਘਰ ਵੇਲੇ ਅਸਾਂ ਅਲੀ ਅਲੀ ਕਹਿਣਾ ਦਮ ਦਮ ਘਰ ਵੇਲੇ ਅਸਾਂ ਅਲੀ ਅਲੀ ਕਹਿਣਾ ਏ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਕਹਿਣਾ ਏ ਤਨੂਰ ਦੇ ਫੁੱਲ ਕੋਲੋਂ ਵਹਦਤ ਦੀ ਕਲੀ ਕੋਲੋਂ ਮੁੱਖ ਜਿਹੜਾ ਫੇਰ ਲਵੇ ਮੇਰੇ ਪੀਰ ਅਲੀ ਕੋਲੋਂ ਮੁੱਖ ਜਿਹੜਾ ਫੇਰ ਲਵੇ ਮੇਰੇ ਪੀਰ ਅਲੀ ਕੋਲੋਂ ਤੇ ਪਾਕ ਮੁਹੰਮਦ ਤੋਂ ਪਾਕ ਮੁਹੰਮਦ ਤੋਂ ਦੱਸ ਉਸ ਕੀ ਲੈਣਾ ਏ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਕਹਿਣਾ ਏ ਔਰ ਦਿਲ ਤੇ ਅਲੀ ਲਿਖ ਲੈ ਇੱਕ ਦਫਾ ਆਪਣੇ ਜ਼ੋਕ ਵਾਸਤੇ ਵੀ ਆਖੋ ਸੁਭਾਨ ਅੱਲਾਹ ਬਸ ਆਖਰੀ ਸ਼ੇਰ ਇਮਤਿਆਜ਼ ਸਾਹਿਬ ਤੁਸਾਂ ਨੇ ਇਸ ਕਦਰ ਕਰਨੀ ਹੈ ਤੁਸੀਂ ਠੀਕ ਆ ਤੁਸਾਂ ਸਟੇਜ ਨਹੀਂ ਉਹ ਸਾਰਾ ਸਿਲਸਿਲਾ ਤੁਸਾਂ ਕੋਲ ਸਿਰਫ ਦੋ ਇੱਕ ਮੀਆਂ ਸਾਹਿਬ ਨੇ ਔਰ ਇਹ ਆਖਰੀ ਮੈਂ ਸ਼ੇਰ ਪੜ੍ਹਨਾ ਹਾਂ ਦਿਲ ਤੇ ਅਲੀ ਲਿਖ ਲੈ ਰੱਬ ਕਰਮ ਕਮਾਵੇਗਾ ਮੁਸ਼ਕਿਲ ਚੋਂ ਸੁਣਾ ਤੈਨੂੰ ਆਣ ਬਚਾਵੇਗਾ ਮੁਸ਼ਕਿਲ ਚੋਂ ਸੁਣਾ ਤੈਨੂੰ ਆਣ ਬਚਾਵੇਗਾ ਮੁਸ਼ਕਿਲ ਚੋਂ ਸੁਣਾ ਤੈਨੂੰ ਆਣ ਬਚਾਵੇਗਾ ਅੱਜ ਵੀ ਕਹਿਣਿਆ ਅੱਜ ਵੀ ਕਹਿਣਿਆ ਅਸੀਂ ਕੱਲ ਵੀ ਕਹਿਣਾ ਏ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਕਹਿਣਾ ਏ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਕਹਿਣਾ ਕਦਰ ਨਬੀ ਦਾ
ਏਕੀ ਜਾਣਨ ਕਦਰ ਨਬੀ ਦਾ ਏਕੀ ਜਾਣ ਉਹ ਦੁਨੀਆਦਾਰ ਕਮੀਨੇ ਉਹ ਕਦਰ ਨਬੀ ਦਾ ਜਾਣਨ ਵਾਲੇ ਤੇ ਸੌ ਗਏ ਵਿੱਚ ਮਦੀਨੇ ਤੇ ਕਦਰ ਫੁੱਲਾਂ ਦਾ ਬੁਲਬੁਲ ਜਾਣੇ ਤੇ ਯਾ ਜਾਣੇ ਮੁਰਗਾ ਵੀ ਉਹ ਕਦਰ ਕਦਰ ਨਬੀ ਦਾ ਉਹ ਕਦਰ ਫੁੱਲਾਂ ਦਾ ਗਿਰਜ ਕੇ ਜਾਣੇ ਉਹ ਮੁਰਦੇ ਖਾਵਣ ਵਾਲੀ ਤੇ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫੇਰ ਮਿਲਾਂਗੇ ਤੇ ਸੁੱਕਿਆਂ ਦਰਖਤਾਂ ਹਰਾ ਨਹੀਂ ਹੋਣਾ ਤੇ ਹਰਿਆਂ ਵੀ ਸੁੱਕ ਜਾਣਾ ਉਹ ਮੋਇਆਂ ਬੰਦਿਆਂ ਮੁੜ ਕੇ ਨਹੀਂ ਆਉਣਾ ਅਸਾਂ ਜ਼ਿੰਦਿਆਂ ਵੀ ਟੁਰ ਜਾਣਾ ਨਾਰਾਏ ਤਕਬੀਰ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਰਿਸਾਲਤ ਨਾਰਾਏ ਹੈਦਰੀ ਨਾਰਾਏ ਤਹਕੀਕ ਅਕਚਾਰ ਯਾਰ ਮਾਸ਼ਾਅੱਲਾ ਸੁਭਾਨ ਅੱਲਾ ਦਿਲ ਅਕੀਦਤ ਕੇ ਸਜਦੋ